ਵਾਇਗਰ ਦੀ ਕਹਾਲਸਾ ਵਾਇਗਰ ਜੀ ਕੀ ਫਤਿਹ ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਕੰਟੀਨਿਊਸ ਸੀਰੀਜ਼ ਸ਼ੁਰੂ ਕੀਤੀ ਗਈ ਹੈ ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ ਇਸੇ ਸਮੇਂ ਵੀ ਇਸ ਅਰਥਾ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ ਇਹ ਲੋਗੋ ਤੁਹਾਨੂੰ ਦਿਖਾਈ ਦੇਗਾ ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ ਉਸ ਵਿੱਚ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ ਜਿਨ੍ਹਾਂ ਨੂੰ ਪਰਾਲਾ ਚੰਗਾ ਲੱਗਿਆ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ ਹਰ ਇੱਕ ਨੂੰ ਦੱਸਣਾ ਆਓ ਲਾਹੇ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦੀਦਾਰ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 75 ਦੇ ਉਪਰ ਅੰਕਿਤ ਪਹਿਰੇ ਨਾਮ ਦੀ ਬਾਣੀ ਚੱਲ ਰਹੀ ਹੈ ਇਸ ਵਿੱਚ ਮਨ ਨੂੰ ਮਨੁੱਖ ਨੂੰ ਬੰਜ਼ਾਰਾ ਕਿਹਾ ਇੱਕ ਨੇ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਇਕ ਮੇਨ ਵਿਜ਼ਨ ਮੇਨ ਮਕਸਦ ਅਸਲੀ ਪਰਪਸ ਜ਼ਿੰਦਗੀ ਦਾ ਇਸ ਯੂਨੀਵਰਸ ਵਿੱਚ ਕੁਦਰਤ ਦੇ ਵਿੱਚ ਜੋ ਵੀ ਵਰਤਾਰੇ ਹੋ ਰਹੇ ਨੇ ਉਹਨਾਂ ਚੋਂ ਗੁਣਾਂ ਨੂੰ ਸਿੱਖਣਾ ਹੈ ਤੇ ਉਹ ਗੁਣ ਵਾਹਿਗੁਰੂ ਜੀ ਦੇ ਨੇ ਜ਼ਿੰਦਗੀ ਵਿੱਚ ਜਿਉਣਾ ਹੈ ਗੁਣਾਂ ਰਾਹੀਂ ਪਰਪਕਾਰ ਕਰਨਾ ਹੈ ਕਿ ਕਹਿਸਾ ਹੈ ਸਾਡੇ ਮਕਸਦ ਦਾ ਹਰ ਵਰਤਾਰੇ ਵਿੱਚੋਂ ਵਾਹਿਗੁਰੂ ਜੀ ਦੀਆਂ ਚਲ ਸ਼ਕਤੀਆਂ ਵਾਇਗੁਰੂ ਜੀ ਦੇ ਨਾਮ ਹੁੰਦੇ ਚਲਕਾਰੇ ਉਹਦੀਆਂ ਝਲਕਾਂ ਨੇ ਦਾਤੇ ਦੀ ਯਾਦ ਵਾਇਗੁਰੂ ਜੀ ਦੀ ਯਾਦ ਮਿੱਠੀ ਮਿੱਠੀ ਯਾਦ ਦਾ ਰਸ ਅੰਦਰ ਬਣਿਆ ਰਵੇ ਹਰ ਵੇਲੇ ਥੈਂਕਸ ਫੀਲਿੰਗ ਹੋਵੇ ਸ਼ੁਕਰਾਨੇ ਦੀ ਭਾਵਨਾ ਤੇ ਰੱਬ ਦੇ ਵਰਤਾਰਿਆਂ ਵਿੱਚੋਂ ਕੁਦਰਤ ਦੇ ਵਰਤਾਰਿਆਂ ਵਿੱਚੋਂ ਰੱਬ ਦਾ ਭੈ ਅੰਦਰ ਹੋਵੇ ਤੇਰੇ ਰੱਬੀ ਭੈ ਸ਼ੁਕਰਾਨਾ ਤੇ ਰੱਬੀ ਯਾਦ ਦੇ ਵਿੱਚੋਂ ਰੱਬੀ ਗੁਣਾਂ ਦੇ ਵਿੱਚੋਂ ਜਿਹੜਾ ਜੀਵਨ ਨਿਕਲੇਗਾ ਉਹ ਆਈਡੀਅਲ ਹੋਏਗਾ ਆਈਕਨ ਹੋਏਗਾ ਇਹ ਮਕਸਦ ਹੈ ਇਹਦਾ ਬਨਸ ਕਰਨਾ ਹੈ ਸਿਖਾਉਣਾ ਗੁਰੂ ਨੇ ਹੈ ਗੁਰੂ ਸਾਹਿਬ ਜੀ ਦਾ ਹਰ ਉਪਦੇਸ਼ ਸਾਡੀ ਸੋਚ ਤੇ ਸਾਡੇ ਸੁਭਾਅ ਨੂੰ ਟਾਰਗੇਟ ਕਰਦਾ ਹੈ ਸਾਡੀ ਸੋਚ ਤੇ ਸਾਡੇ ਸੁਭਾਅ ਨੂੰ ਮਿੱਠੇ ਮਿੱਠੇ ਹਲੂਨੇ ਦਿੰਦਾ ਹੈ ਇਸ ਦਾ ਪਹਿਲਾ ਪਹਿਰ ਜਿਵੇਂ ਰਾਤ ਦੇ ਚਾਰ 파ਰਟ ਹੁੰਦੇ ਨੇ ਫੋਰ ਪਾਰਟਸ ਆਫ ਨਾਈਟ ਰਾਤ ਦੇ ਚਾਰ ਹਿੱਸੇ ਨੇ ਉਹਨੂੰ ਚਾਰ ਪਹਿਰ ਕਹਿੰਦੇ ਨੇ ਦਿਨ ਦੇ ਵੀ ਚਾਰ ਹਿੱਸੇ ਨੇ ਉਹਨੂੰ ਵੀ ਚਾਰ ਪਹਿਰ ਕਹਿੰਦੇ ਨੇ ਇੱਥੇ ਜ਼ਿੰਦਗੀ ਨੂੰ ਰਾਤ ਕਿਹਾ ਹੈ ਅਗਿਆਨਤਾ ਦੇ ਵਿੱਚ ਜੀਵਨ ਚੱਲ ਰਿਹਾ ਹੈ ਜ਼ਿੰਦਗੀ ਇੱਕ ਪੂਰੀ ਰਾਤ ਹੈ ਇਹਦਾ ਪਹਿਲਾ ਪਹਿਰ ਉਹਦੀਆਂ ਨਿਸ਼ਾਨੀਆਂ ਪਿਛਲੇ ਅੰਗ ਦੇ ਉੱਪਰ ਆਪਾਂ ਸਿੱਖੀਆਂ ਸੀ ਅੱਜ ਤੋ ਦੂਜਾ ਪਹਿਰ ਆਓ ਕਰੀਏ ਦੀਦਾਰ ਦੂਜੇ ਪਹਿਰੇ ਰਣ ਕੈ ਬਨਸਾਰਿਆ ਮਿੱਤਰਾ ਵਿਸਰ ਗਿਆ ਧਿਆਨ ਤੇਰੀ ਜ਼ਿੰਦਗੀ ਦਾ ਦੂਸਰਾ ਹਿੱਸਾ ਅੰਦਰੋਂ ਵਾਹਿਗੁਰੂ ਜੀ ਦਾ ਧਿਆਨ ਤੇਰੇ ਤੋਂ ਵਿਸਰ ਗਿਆ ਦਾਤਾਂ ਚੰਗੀਆਂ ਲੱਗਦੀਆਂ ਦਾਤਾ ਯਾਦ ਹੀ ਨਹੀਂ ਆ ਰਿਹਾ ਰੱਬ ਦੇ ਵਰਤਾਰਿਆਂ ਨੂੰ ਦੇਖ ਰਿਹਾ ਹਾਂ ਕੁਦਰਤ ਦੇ ਵਰਤਾਰਿਆਂ ਨੂੰ ਦੇਖ ਰਿਹਾ ਹਾਂ ਉਹਨਾਂ ਵਰਤਾਰਿਆਂ ਦੀ ਡਿਸਕਸ਼ਨ ਵਿੱਚ ਉਲਝ ਰਿਹਾ ਹੈ ਦਾਤਾ ਚੇਤੇ ਨਹੀਂ ਹੈ ਹੁਣ ਇੱਥੇ ਜੋ ਸੀਨ ਪੇਸ਼ ਕੀਤਾ ਗਿਆ ਕਿਉਂਕਿ ਸੀਨ ਪੇਸ਼ ਕਰਕੇ ਉਹਦੀਆਂ ਰਮਜ਼ਾਂ ਸिखਾਈਆਂ ਜਾਂਦੀਆਂ ਨੇ ਸੀਨੇ ਹੈ ਕਿ ਜਦੋਂ ਮਾਤਾ ਦੇ ਗਰਭ ਤੋਂ ਬਾਅਦ ਜਨਮ ਹੁੰਦਾ ਹੈ ਤਾਂ ਇਹਨੂੰ ਚਾਰ ਚਫੇਰੇ ਦੀਆਂ ਆਵਾਜ਼ਾਂ ਚਰਚ ਫੇਰੇ ਦਾ ਮਾਹੌਲ ਉਹਦਾ ਇਹਦੇ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਹੱਥੋ ਹੱਥ ਨਚਾਈਐ ਬਨਜਾਰਿਆ ਮਿਤਰਾ ਜਿਵੇਂ ਜਸੋਦਾ ਕਰ ਕਾਨ ਜਸੋਦਾ ਦੇ ਘਰ ਕ੍ਰਿਸ਼ਨ ਜੀ ਪੈਦਾ ਹੁੰਦੇ ਨੇ ਬੜੇ ਚਾਮਾਂ ਦੇ ਨਾਲ ਉਹਨਾਂ ਨੂੰ ਹੱਥਾਂ ਤੇ ਚੁੱਕਿਆ ਜਾਂਦਾ ਹੈ ਇਸ ਸੀਨ ਨੂੰ ਐਵੇਂ ਟੂਕ ਮਾਤਰ ਸਾਹਮਣੇ ਰੱਖ ਕੇ ਕਹਿੰਦੇ ਨੇ ਮਨੁੱਖ ਨੂੰ ਫਿਰ ਪਰਿਵਾਰ ਮਾਤਾ ਪਿਤਾ ਸਾਰੇ ਅੱਥਾਂ ਤੇ ਚੁੱਕਦੇ ਨੇ ਇਸੇ ਤਰ੍ਹਾਂ ਮਨ ਦਾ ਜਦੋਂ ਧਿਆਨ ਰੱਬ ਵੱਲੋਂ ਵਿਸਰਦਾ ਨਾ ਬੁਰੀਆਂ ਆਦਤਾਂ ਵਿਕਾਰਾਂ ਦੇ ਰਸ ਕੂੜਕ ਸੰਗ ਦੇ ਰਸ ਇਹਨੂੰ ਹੱਥੋ-ਹੱਥੀ ਮਨ ਨੂੰ ਚੁੱਕ ਲੈਂਦੇ ਨੇ ਆਖ ਵਾਹਿਗੁਰੂ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ ਹੁਣ ਉਧਰ ਸੀਨ ਹੈ ਕਿ ਜਦੋਂ ਜਨਮ ਹੁੰਦਾ ਹੈ ਸਾਰੇ ਹੱਥਾਂ ਤੇ ਚੁੱਕਦੇ ਗੋਦੀ ਚੁੱਕਦੇ ਮਾਂ ਕਹਿੰਦੀ ਹੈ ਮੇਰਾ ਪੁੱਤ ਹੈ ਤਬ ਤੋਂ ਬਾਅਦ ਮਮਤਾ ਮਾਂ ਵਿੱਚ ਹੁੰਦੀ ਹੈ ਤੇ ਮਨ ਦਾ ਦੂਜਾ ਪਹਿਰ ਇਹ ਵੀ ਯਾਦ ਰੱਖਿਓ ਜਦੋਂ ਮਨ ਕੂੜ ਕ ਸੰਗ ਦੇ ਰਸਾਂ ਵਿੱਚ ਜਾਂਦਾ ਹੈ ਤੇ ਜਿਹੜੀ ਖਿੱਚ ਹੈ ਨਾ ਉਹ ਮਾਇਆ ਹੈ ਉਹ ਕਹਿੰਦੀ ਇਹ ਮੇਰਾ ਪੁੱਤਰ ਹੈ ਰੋਂਗ ਅਟੈਂਸ਼ਨ ਉਹ ਮਨ ਨੂੰ ਕਹਿੰਦੀ ਮੇਰਾ ਪੁੱਤਰ ਹੈ ਹਰ ਰਸ ਮਨ ਨੂੰ ਆਪਣੇ ਹੱਥਾਂ ਤੇ ਚੁੱਕਦਾ ਹੈ ਭਾਵ ਮਨ ਰਸਾਂ ਵਿੱਚ ਗਲਤਾਨ ਹੁੰਦਾ ਹੈ ਉਹ ਖਿੱਚ ਜਿਹੜੀ ਹੈ ਉਹ ਇਹਨੂੰ ਕੰਟਰੋਲ ਕਰਕੇ ਰੱਖਦੀ ਹੈ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ ਐ ਮਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਅੰਦਰ ਭਲਾ ਤੂੰ ਅਚੇਤ ਹੈ ਅਣਜਾਣ ਹੈ ਮੂੜ ਹੈ ਮੂਰਖ ਹੈ ਮਨਾ ਤੇ ਵਾਹਿਗੁਰੂ ਜੀ ਦੀ ਯਾਦ ਤੇ ਵਾਹਿਗੁਰੂ ਜੀ ਦਾ ਭੈ ਅੰਦਰੋਂ ਭਲਾਈ ਬੈਠਾ ਹੈ ਜਿਸ ਵਿੱਚ ਉਲਝ ਰਿਆ ਨਾ ਇਨੇ ਤੇਰਾ ਮਦਦਗਾਰ ਨਹੀਂ ਬਣਨਾ ਤੁਜ ਹਾਲਾਤ ਐਸੇ ਹੁੰਦੇ ਨੇ ਜਿਨ੍ਹਾਂ ਹਾਲਾਤਾਂ ਤੇ ਇਸ ਸਭ ਕੁਛ ਨੇ ਅੰਤ ਤੇ ਅਖੀਰ ਤੇ ਤੇਰਾ ਸਾਥ ਨਹੀਂ ਦੇਣਾ ਜਿਨ ਰਚ ਰਚਿਆ ਤੇ ਸਹਿ ਨਾ ਜਾਣਾ ਮਨ ਪੀਤਰ ਤਰ ਗਿਆਨ ਐ ਮਨ ਜਿਸ ਵਿੱਚ ਤੂੰ ਰਚਿਆ ਹੋਇਆ ਨਾ ਮਸਤ ਹੋਇਆ ਵੇ ਆਪਣੀ ਹੀ ਗੁਣੀ ਹੋਈ ਉਲਝਣ ਤਾਣੀ ਵਿੱਚ ਫਸ ਗਿਆ ਆਪਣੀਆਂ ਸੋਚਾਂ ਸੁਭਾਅ ਦੇ ਵਿੱਚ ਰੱਬੀ ਉਪਦੇਸ਼ ਇਹ ਰਬ ਦਾ ਗਿਆਨ ਹੈ ਬ੍ਰਹਮ ਦਾ ਗਿਆਨ ਹੈ ਗੁਰੂ ਸਾਹਿਬ ਦੀ ਬਾਣੀ ਉਹਦੇ ਵੱਲ ਧਿਆਨ ਕਰ ਤੂੰ ਆਪਣੇ ਮਨ ਦੇ ਅੰਦਰ ਵਸਾ ਪਰ ਮਨੁੱਖ ਮਨ ਦੇ ਪਿੱਛੇ ਲੱਗ ਕੇ ਸਬਾਉ ਦੇ ਪਿੱਛੇ ਲੱਗ ਕੇ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ ਜਿੰਦਗੀ ਦਾ ਦੂਸਰਾ ਹਿੱਸਾ ਸ਼ੁਰੂ ਹੋਇਆ ਰੱਬ ਨੂੰ ਵਿਸਾਰ ਕੇ ਜਿਉਣ ਦਾ ਦੁਨੀਆਂ ਦੇ ਰਸਾਂ ਕਸਾਂ ਵਿੱਚ ਉਲਝ ਜਾਂਦਾ ਹੁਣ ਤੀਸਰਾ ਸੀਨ ਪੇਸ਼ ਕਰ ਰਹੇ ਨੇ ਜਵਾਨੀ ਦਾ ਇੱਕ ਪਾਸੇ ਮਾਤਾ ਦਾ ਗਰਭ ਪੇਸ਼ ਕੀਤਾ ਤੇ ਮੰਦੀ ਅਵਸਥਾ ਦੱਸੀ ਦੂਸਰੇ ਪਾਸੇ ਇਹ ਬਚਪਨ ਟੀਨੇਜ ਦਾ ਸੀਨ ਪੇਸ਼ ਕਰਕੇ ਮੰਦੀ ਅਵਸਥਾ ਦੱਸੀ ਹੈ ਹੁਣ ਤੀਜੇ ਪਾਸੇ ਜਵਾਨੀ ਦਾ ਸੀਨ ਪੇਸ਼ ਕਰਕੇ ਇਹ ਮੰਦੀ ਤੀਸਰੀ ਅਵਸਥਾ ਦੱਸ ਰਹੇ ਨੇ ਤੀਜੇ ਪਹਿਰੇ ਰਣ ਕੈ ਬੰਜਾਰਿਆ ਮਿੱਤਰਾ ਤਨ ਜੋਬਨ ਸਿਉ ਚਿੱਤ ਜਿੰਦਗੀ ਦੇ ਤੀਸਰੇ ਪੜਾਅ ਵਿੱਚ ਜਵਾਨੀ ਜੋਰਾਂ ਤੇ ਹੁੰਦੀ ਹੈ ਯੰਗ ਏਜ ਐ ਯੰਗ ਏਜ ਦੇ ਵਿੱਚ ਇਹਨੂੰ ਤਨ ਜੋਬਨ ਦੇ ਨਾਲ ਚਿੱਤ ਲੱਗਦਾ ਮੈਂ ਅਮੀਰ ਹੋਵਾਂ ਮੈਂ ਵੱਡਾ ਦਿਸਾਂ ਮੈਂ ਸੋਹਣਾ ਦਿਸਾਂ ਮੇਰੇ ਕੋਲ ਬਹੁਤ ਸਾਰੀ ਪ੍ਰਾਪਰਟੀ ਉਵੇਂ ਤੇ ਸਾਰਾ ਹੀ એનર્ਜੀ ਉਸ ਪਾਸੇ ਲਾ ਦਿੰਦਾ ਹੈ ਸਾਰੀ ਪਲਾਨਿੰਗ ਉਸ ਲਈ ਬਣਾਉਂਦਾ ਹੈ ਉਹਦੇ ਲਈ ਭੱਜਦਾ ਹੈ ਇਹ ਜਵਾਨੀ ਹੈ ਤੂੰ ਤਾਂ ਵਣਜ ਕਰਨ ਆਇਆ ਸੀ ਬਣ ਜਾ ਰਿਹਾ ਮਿੱਤਰਾ ਇਹ ਮਨ ਕੱਚੇ ਤਨ ਦੇ ਪਿੱਛੇ ਲੱਗਦਾ ਹੈ ਕੱਚਾ ਤਨ ਕੀ ਹੈ ਕੂੜਕ ਸੰਗ ਦੇ ਰਸਾਂ ਦੀ ਖਿੱਚ ਰਸਾਂ ਦੀ ਪ੍ਰਾਪਤੀ ਕੂੜਕ ਸੰਗ ਦੇ ਰਸਾਂ ਦੀ ਆਦਤ ਇਹ ਆਦਤ ਕੱਚਾ ਧਨ ਇਕੱਠਾ ਕਰਦਾ ਮਨ ਹਰ ਕਾ ਨਾਮ ਨਾ ਚਿਤ ਹੀ ਮਨ ਜਾ ਰਿਹਾ ਮਿੱਤਰਾ ਬਦਾ ਛੁਟੈਂ ਜਿਤ ਐ ਬਨਜ ਕਰਨ ਵਾਲੇ ਬਨzare ਮਿੱਤਰਾ ਤੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨਾਲ ਚਿਤ ਨਹੀਂ ਜੋੜ ਰਿਹਾ ਸਰੀ ਯਾਦ ਸ਼ਕਤੀ ਵਿੱਚ ਇਹ ਧਿਆਨ ਹੀ ਨਹੀਂ ਆ ਰਿਹਾ ਤੂੰ ਤੇ ਆਦਤਾਂ ਰਸਾਂ ਦੇ ਵਿੱਚ ਵੱਜ ਗਏ ਆਪਣੀਆਂ ਆਦਤਾਂ ਦੇ ਬੰਧਨ ਵਿੱਚ ਰਸਾਂ ਦੀ ਖਿੱਚ ਦੇ ਵਿੱਚ ਵੱਜ ਗਏ ਪਿਆਰਿਆ ਹਰ ਕਾ ਨਾਮ ਨਾ ਚੇਤੈ ਪ੍ਰਾਣੀ ਵੇਖ ਕਲ ਭਿਆ ਸੰਗ ਮਾਇਆ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਤੂੰ ਚੇਤਦਾ ਹੀ ਨਹੀਂ ਐ ਪ੍ਰਾਣੀ ਤੂੰ ਵਿਆਕੁਲ ਹੋ ਗਿਆ ਪਾਗਲ ਹੋ ਗਏ ਉਸ ਖਿੱਚ ਦੇ ਪਿੱਛੇ ਅਸਲੀ ਮਾਰਗ ਦੇ ਲਈ ਤੂੰ ਕਹਿੰਦਾ ਟਾਈਮ ਨਹੀਂ ਅਸਲੀ ਮਕਸਦ ਦੇ ਲਈ ਤੂੰ ਕਹਿੰਦਾ ਮੈਂ ਫਿਰ ਕਰ ਲਵਾਂਗਾ ਜਿਤਨਾ ਵੀ ਅਕਲ ਹੋ ਗਿਆ ਉਸ ਵਿੱਚ ਇਤਨਾ ਮਸਤ ਹੋ ਗਿਆ ਤਨ ਸਿਉ ਰਤਾ ਜੋ ਬਨ ਮਤਾ ਅਹਿਲਾ ਜਨਮ ਗਵਾਇਆ ਜਵਾਨੀ ਦੇ ਵਿੱਚ ਧਨ ਪ੍ਰਾਪਰਟੀ ਦੇ ਲਈ ਇਤਨੀ ਦੌੜ ਲਾਉਂਦਾ ਇਤਨੀ ਦੌੜ ਲਾਉਂਦਾ ਜਵਾਨੀ ਗਵਾ ਲੈਂਦਾ ਖੋਵਾ ਕਿਉਂਕਿ ਇੱਕ ਲੇਖਾ ਜ ਹੈ ਕਿ ਬਡੇਪੇ ਵਿੱਚ ਮੈਂ ਬਹੁਤ ਸੁਖੀ ਹੋਵਾਂਗਾ ਪਰ ਜਿਸ ਤਰ੍ਹਾਂ ਜੀਵਨ ਜਿਉ ਰਿਹਾ ਹੈ ਉਹਦੇ ਜੋ ਸਾਈਡ ਇਫੈਕਟ ਨੇ ਉਹਨੂੰ ਸਮਝ ਨਹੀਂ ਹੁੰਦੇ ਤੇ ਬਡੇਪੇ 'ਤੇ ਜਾ ਕੇ ਬਹੁਤ ਪਛਤਾਉਂਦਾ ਆਖਵਾਏ ਇਸੇ ਤਰ੍ਹਾਂ ਇਹ ਮਨ ਊੜਕ ਸੰਗ ਦੇ ਰਸਾਂ ਵਿੱਚ ਜੀਵਨ ਵਿਅਰਥ ਗਵਾ ਰਿਹਾ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਧਰਮ ਰੱਬ ਦਾ ਨਿਜ਼ਮ ਗੁਰੂ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਤੈਨੂੰ ਕਹਿੰਦਾ ਹੈ ਤੇਰੇ ਅੰਦਰ ਆਦਤਾਂ ਕਿਉਂ ਜੀਆਂ ਹੋਣੀਆਂ ਚਾਹੀਦੀਆਂ ਨੇ ਗੁਰਮਖ ਸੁਭਾਉ ਵਾਲੀਆਂ ਉਹ ਆਦਤਾਂ ਦਾ ਤੂੰ ਵਪਾਰ ਹੀ ਨਹੀਂ ਕਰ ਰਿਆ ਧਰਮ ਕਹਿ ਰਿਹਾ ਹੈ ਗੁਰੂ ਦੇ ਉਪਦੇਸ਼ ਕਹਿ ਰਹੇ ਨੇ ਤੇਰੇ ਅੰਦਰ ਤੇਰੀਆਂ ਚੰਗੀਆਂ ਸ਼ੁੱਧ ਭਾਵਨਾਵਾਂ ਜੁਧ ਜਦਵੇ ਪਰਉਪਕਾਰੀ ਕਰਮ ਕਰਨ ਦੇ ਮਿਸ਼ਨ ਉਪਦੇਸ਼ ਇਹ ਵਪਾਰ ਗੁਰੂ ਤੋਂ ਸਿੱਖਣਾ ਸੀ ਇਸ ਪਾਸੇ ਦਾ ਧਿਆਨ ਹੀ ਕੋਈ ਨਹੀਂ ਕਿ ਜ਼ਿੰਦਗੀ ਦਾ ਇਹ ਤੀਸਰਾ ਹਿੱਸਾ ਬਿਆਰਤ ਜਾ ਰਿਹਾ ਹੈ ਕਹ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋ ਬਨ ਸਿਉ ਚਿੱਤ ਉਹਦੇ ਚੇਤਾ ਸ਼ਕਤੀ ਵਿੱਚ ਜੋ ਯਾਦਾਂ ਨੇ ਉਹਦੇ ਮਤ ਵਿੱਚ ਜੋ ਪਲਾਨਿੰਗ ਚੱਲ ਰਹੀ ਹੈ ਉਹ ਸਾਰੀ ਦੀ ਸਾਰੀ ਬਹੁਤ ਸਾਰਾ ਧਨ ਪ੍ਰਾਪਤ ਕਰ ਲਮਾ ਬਹੁਤ ਸਾਰੀ ਪ੍ਰਾਪਰਟੀ ਕਮਾਲਮ ਇਸੇ ਪਾਸੇ ਹੀ ਜੀਵਨ ਲਾਈ ਜਾ ਰਿਹਾ ਹੈ ਇਹ ਜ਼ਿੰਦਗੀ ਦਾ ਚੌਥਾ ਪੜਾ ਚੌਥਾ ਪਹਿਰੇ ਰੈਣ ਕੈ ਬੰਜਾਰਿਆ ਮਿੱਤਰਾ ਲਾਵੀ ਆਇਆ ਖੇਤ ਕੁੰਜ ਸਰੀਰਿਕ ਜ਼ਿੰਦਗੀ ਦਾ ਜਿਹੜਾ ਚੌਥਾ ਹਿੱਸਾ ਹੈ ਨਾ ਉਹਦੇ ਵਿੱਚ ਬਢੇਪਾ ਆ ਜਾਂਦਾ ਹੈ ਲਾਵੀ ਹੁੰਦਾ ਹੈ ਖੇਤ ਦੀ ਜਦ ਫਸਲ ਪੱਕਦੀ ਹੈ ਨਾ ਉਹਦੀ ਵਾਢੀ ਕਰਨ ਵਾਸਤੇ ਜਿਵੇਂ ਅਸੀਂ ਦਿਹਾੜੀਏ ਕਹਿ ਲੋ ਲਾਵੇ ਕਹਿ ਲੋ ਉਹ ਖੇਤੀ ਵੰਡਣ ਵਾਸਤੇ ਹੱਥਾਂ 'ਚ ਦਾਤੀ ਲੈ ਕੇ ਆਉਂਦੇ ਉਹਨੂੰ ਲਾਵੇ ਲਾਵੇ ਕਹਿ ਦਿੰਦੇ ਆ ਲਾਵੀ ਰਾਤਨ ਸਮਿਆਂ ਦੇ ਵਿੱਚ ਧੀਆ ਭੈਣਾਂ ਦੇ ਘਰ ਫਰੀ ਇਹ ਸੇਵਾ ਕਰਨ ਜਾਂਦੇ ਸੀ ਵੀ ਉਹਨਾਂ ਦੇ ਲਾਵੇ ਆਏ ਨੇ ਅੱਜ ਦੇ ਯੁੱਗ ਵਿੱਚ ਦਿਹਾੜੀ ਤੇ ਲੈ ਜਾਂਦੇ ਨੇ ਜਿਵੇਂ ਪੰਜਾਬ ਅੰਦਰ ਭਈਏ ਜਿਹੜੇ ਨੇ ਉਹਨਾਂ ਨੂੰ ਫਸਲ ਕੱਟਣ ਤੇ ਲਾਇਆ ਜਾਂਦਾ ਫਸਲ ਕੱਟਣ ਵਾਲਾ ਬਢੇਪਾ ਆ ਗਿਆ ਤੇਰੀ ਜ਼ਿੰਦਗੀ ਵਿੱਚ ਉਹਨੇ ਤੇਰੇ ਖੇਤ ਨੂੰ ਮਿਲ ਲਿਆ ਤੇ ਜਦੋਂ ਇਹ ਲਾਵੇ ਨੇ ਤੇਰੀ ਜ਼ਿੰਦਗੀ ਨੂੰ ਕਟਣਾ ਇਹਨੂੰ ਮੌਤ ਕਹਿੰਦੇ ਨੇ ਆਖ ਵਾਇਗਰੂ ਤੇ ਉੰਜ ਜਿਹੜਾ ਮਨ ਦਾ ਚੌਥਾ ਪਹਿਰ ਹੈ ਇਹ ਵਿਕਾਰਾਂ ਦੇ ਰਸਾਂ ਵਿੱਚ ਜ਼ਿੰਦਗੀ ਵਿੱਚ ਸਭ ਕੁਝ ਗਵਾ ਲੈਂਦਾ ਹੈ ਤੇ ਫਿਰ ਇਤਨਾ ਬੁਢੇਪੇ ਵਾਂਗੂ ਕਮਜ਼ੋਰ ਹੋ ਜਾਂਦਾ ਹੈ ਇਹਨੂੰ ਰੱਬ ਦੇ ਮਾਰਗ ਤੇ ਗੁਰੂ ਦੇ ਮਾਰਗ ਤੇ ਤੁਰਨਾ ਬਹੁਤ ਔਖਾ ਲੱਗਦਾ ਕਿਉਂਕਿ ਉਧਰ ਉਲਝਿਆ ਹੋਇਆ ਇਹ ਦਿਨ ਇਹਨੂੰ ਲੱਗਦਾ ਨਹੀਂ 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 ਮੈਥੋਂ ਨਹੀਂ ਹੋਏਗਾ ਅੰਮ੍ਰਿਤ ਛਕਣਾ ਔਖਾ ਲੱਗ ਰਿਹਾ ਹੈ ਗੁਰਬਾਣੀ ਦਾ ਪਾਠ ਕਰਨਾ ਔਖਾ ਲੱਗ ਰਿਹਾ ਹੈ ਗੁਰਮਤਿ ਦੀ ਗੱਲ ਮੰਨਣੀ ਔਖੀ ਲੱਗ ਰਹੀ ਹੈ ਸਿੱਖੀ ਸਿਧਾਂਤ ਮੰਨਣੇ ਔਖੇ ਲੱਗ ਰਹੇ ਨੇ ਬੜੇਪਾ ਇਹ ਮਨ ਦਾ ਬੜੇਪਾ ਹੈ ਜਾਨ ਜਮ ਪਕੜ ਚਲਾਇਆ ਬਨzare ਮਿਤਰਾ ਕਿ ਸਹਿਨਾ ਮਿਲੇ ਆ ਭੇਤ ਸਰੀਰਿਕ ਜ਼ਿੰਦਗੀ ਵਿੱਚ ਜਦੋਂ ਮੌਤ ਆਉਂਦੀ ਹੈ ਤੇ ਕਿਸੇ ਨੂੰ ਨਹੀਂ ਪਤਾ ਕਿ ਕਿੱਧਰ ਗਿਆ ਤੇ ਮਨ ਜਦੋਂ ਕਮਜ਼ੋਰ ਹੋ ਜਾਂਦਾ ਹੈ ਨਾ ਇਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ ਕਿਸੇ ਨੂੰ ਨਹੀਂ ਪਤਾ ਖੁਆਈ। ਉਹ ਕਿਸ ਤਰ੍ਹਾਂ ਕਮਜ਼ੋਰ ਹੋਇਆ ਆਤਮਿਕ ਮੌਤੇ ਮਰਿਆ ਗੁਨਾ ਤੋਂ ਸਖਣਾ ਬਖਸ਼ਿਸ਼ ਤੋਂ ਸਖਣਾ ਜੀਵਨ ਪਛਤਾਵੇ ਵਿੱਚ ਭੇਤ ਚੇਤ ਹਰ ਕਿਸੇ ਨਾ ਮਿਲੇ ਜੋ ਜੰਮ ਪਕੜ ਚਲਾ ਆ। ਹੁਣ ਸਰੀਰਕ ਜ਼ਿੰਦਗੀ ਵਿੱਚ ਜਦੋਂ ਮੌਤ ਆਉਂਦੀ ਹੈ ਉਹਨੂੰ ਵੀ ਕਹਿੰਦੇ ਨੇ ਜਮ ਨੇ ਪਕੜ ਲਿਆ। ਜਮ ਲੈ ਕੇ ਇਹ ਸ਼ਬਦ ਵਰਤਿਆ ਜਾਂਦਾ। ਕਿੱਧਰ ਲਹਿ ਗਏ ਕਿਸੇ ਨੂੰ ਕੋਈ ਭੇਤ ਨਹੀਂ ਕੋਈ ਚੇਤ ਨਹੀਂ ਕੋਈ ਇਸ ਦਾ ਪਤਾ ਨਹੀਂ ਇਹਦਾ ਦੂਸਰਾ ਹਿੱਸਾ ਮਨ ਜਦੋਂ ਵਿਕਾਰਾਂ ਦੇ ਕੂੜ ਦੇ ਕੁਸੰਗ ਦੇ ਰਸਾਂ ਵਿੱਚ ਜਾਂਦਾ ਹੈ ਇਹਦੀ ਦਿਸ਼ਾ ਕਿਧਰ ਨੂੰ ਜਾ ਰਹੀ ਹੈ ਕੋਈ ਭੇਤ ਹੀ ਨਹੀਂ ਹੈ ਕੋਈ ਵਾਹਿਗੁਰੂ ਇਹ ਮਨ ਅਸਲੀਅਤ ਗਵਾ ਕੇ ਇਸ ਤਰ੍ਹਾਂ ਦੀ ਉਲਝਣ ਤਾਣੀ ਵਿੱਚ ਫਸਦਾ ਜਾ ਰਿਹਾ ਇਨ ਕੁਛ ਨਹੀਂ ਪਤਾ ਉਹਦਾ ਭੇਤ ਜੇਤੀ ਕੋਈ ਨਹੀਂ ਝੂਠਾ ਰੋਦਨ ਹਵਾ ਦਵਾਲਾ ਖਿੰਮਹਿ ਭਇਆ ਪਰਾਇਆ ਉਂਝ ਜਦੋਂ ਕੋਈ ਮਰ ਜਾਂਦਾ ਹੈ ਉਹਦੇ ਚਾਰ ਸਪੇਰੇ ਰੋਣੇ ਰੋਏ ਜਾਂਦੇ ਨੇ ਉਹ ਰੋਣੇ ਕਿਸੇ ਕੰਮ ਨਹੀਂ ਉਹ ਤਾਂ ਚਲੇ ਆ ਗਿਆ ਰੋਣੇ ਰੋਣ ਵਾਲੇ ਰੋਂਦੇ ਨੇ ਹਮਦਰਦੀ ਪੇਸ਼ ਕਰਦੇ ਨੇ ਪਰ ਉਹਦੇ ਜੀਵਨ ਤੋਂ ਕੁਛ ਨਹੀਂ ਸਿੱਖਦੇ ਉਸ ਮੌਤ ਤੋਂ ਕੁਛ ਨਹੀਂ ਸਿੱਖਦੇ ਉਧਰ ਜਿਹੜਾ ਮਨ ਹੈ ਮਨ ਦੀ ਜਦੋਂ ਮੌਤ ਹੁੰਦੀ ਹੈ ਫਿਰ ਉਹਦੀਆਂ ਗੱਲਾਂ ਹੁੰਦੀਆਂ ਦੇਖੋ ਜੀ ਬੱਚੇ ਆ ਗਿਆ ਕਰਨੀ ਦਾ ਅਸਲ ਕਿਧਰੇ ਨੇ ਕਿਧਰੇ ਮਾਨੰਦਰੋਂ ਗੁਣਾ ਦੀ ਮੌਤ ਹੋਈ ਹੈ ਤਾਂ ਨਹੀਂ ਆ ਗਿਆ ਕਰਨੀ ਦੇਖੋ ਜੀ ਘਰਾਂ 'ਚ ਕਲੇਸ਼ ਚੱਲਦਾ ਹੈ ਜੀ ਹੁਣ ਇਹ ਐਵੇਂ ਗੱਲਾਂ ਰੋਣੇ ਰੋਏ ਜਾ ਰਹੇ ਨੇ ਅਸਲੀ ਤੱਤ ਨੂੰ ਸਮਝਿਆ ਨਹੀਂ ਜਾ ਰਿਹਾ ਕਿ ਘਰਾਂ 'ਚ ਕਲੇਸ਼ ਕਿਉਂ ਚੱਲਦਾ ਹੈ ਕਿਉਂਕਿ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਗੁਣ ਹੀ ਹੈ ਨਹੀਂ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਕਦਰ ਕਰਨ ਦਾ ਗੁਣ ਨਹੀਂ ਉਹ ਗੁਣ ਅੰਦਰੋਂ ਮਰ ਗਏ ਨੇ ਭਾਵਨਾਵਾਂ ਮਰ ਗਈਆਂ ਨੇ ਜਜ਼ਬੇ ਮਰ ਗਏ ਨੇ ਅੰਦਰੋਂ ਸੋਜੀ ਮਰ ਗਈ ਹੈ ਉਹ ਅਸਲੀ ਤੱਤ ਨੂੰ ਨਾ ਸਮਝਣ ਕਰਕੇ ਜਿਹੜੀਆਂ ਗੱਲਾਂ ਬਾਤਾਂ ਕਰ ਰਹੀਆਂ ਐਵੇਂ ਸਰੋਣੇ ਰੋਏ ਜਾ ਰਹੇ ਨੇ ਉਧਰੋਂ ਮੌਤ ਆਉਂਦੀ ਹੈ ਇੱਕ ਛਿਨ ਵਿੱਚ ਪਰਾਇਆ ਹੋ ਜਾਂਦਾ ਹੈ ਮਨ ਤੇ ਵੀ ਜਦੋਂ ਹਮਲਾ ਹੁੰਦਾ ਇੱਕ ਸੈਕਿੰਡ ਦੇ ਵਿੱਚ ਹੀ ਇਹ ਪਰਾਇ ਮਾਰਗ ਤੇ ਮਨ ਤੁਰ ਪੈਂਦਾ ਹੈ ਇਸ ਲਈ ਦੋਨੋਂ ਹੀ ਪਾਵ ਲੈਣੇ ਗੁਰਬਾਣੀ ਤੋਂ ਸਰੀਰਕ ਜ਼ਿੰਦਗੀ ਨਾਲ ਸੰਬੰਧਤ ਵੀ ਤੇ ਮਾਨਸਿਕ ਸੁਭਾਅ ਦੀ ਜ਼ਿੰਦਗੀ ਨਾਲ ਸੰਬੰਧਤ ਵੀ ਗੁਰਬਾਣੀ ਸੋਚ ਤੇ ਸੁਭਾਅ ਨੂੰ ਛਲੂਣੇ ਦਿੰਦੀ ਹੈ ਸਾਈਂ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੈ ਤੋ ਇਹ ਸਰੀਰਕ ਜ਼ਿੰਦਗੀ ਦੀ ਗੱਲ ਕਰੀਏ ਬਡੇਪੇ ਤੱਕ ਇਹਨੂੰ ਉਹੀ ਪ੍ਰਾਪਤ ਹੋਇਆ ਜਿਸ ਪਾਸੇ ਇਹਨੇ ਮਨ ਜੋੜਿਆ ਸੀ ਸੰਗ ਵਾਲੇ ਪਾਸੇ ਜੋੜਿਆ ਸੀ ਤਾਂ ਉਹ ਫਲ ਪਾਈ ਬੈਠਾ ਹੈ ਗੁਰੂ ਦੇ ਮਾਰਗ ਤੇ ਰੱਬ ਦੇ ਮਾਰਗ ਤੇ ਤੁਰਿਆ ਸੀ ਤਾਂ ਉਹ ਫਲ ਪਾਈ ਪ੍ਰਾਪਤ ਹੋ ਹੀ ਹੁੰਦਾ ਜਿਸ ਪਾਸੇ ਇਹਦੇ ਮਨ ਦੀ ਦਿਸ਼ਾ ਹੁੰਦੀ ਹੈ ਉਹਨੇ ਇਸੇ ਤਰ੍ਹਾਂ ਮਨ ਆਤਮਿਕ ਮੋਤੇ ਮਰ ਗਿਆ ਕਿਉਂਕਿ ਦੀ ਦਿਸ਼ਾ ਉਧਰ ਨੂੰ ਸੀ ਇਹ ਹੀ ਦੀ ਪ੍ਰਾਪਤੀ ਹੈ ਇਧਰ ਹੀ ਇਹਨੇ ਚਿਤ ਲਾਇਆ ਸੀ ਗੁਰੂ ਦੇ ਮਾਰਗ ਤੇ ਤੁਰਦਾ ਹੈ ਰੱਬ ਦੇ ਮਾਰਗ ਤੇ ਤੁਰਦਾ ਹੈ ਤਫੇਰ ਇਸ ਨੂੰ ਗੁਰਮਖ ਸੁਭਾਉ ਗੁਰਮਤ ਵਾਲੀ ਸੋਚ ਰੱਬੀ ਪਹਿ ਪਾਵਨੀ ਸ਼ੁਕਰਾਨਾ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਰਸ ਅੰਦਰ ਹੈ ਕਿਉਂਕਿ ਇਸ ਪਾਸੇ ਚਿਤ ਲਾਇਆ ਸੀ ਕਹ ਨਾਨਕ ਪ੍ਰਾਣੀ ਚੌਥਾ ਪਹਿਰ ਹੈ ਲਾਵੀ ਲੁਣਿਆ ਖੇਤ ਦਰਿਆ ਸਰੀਰ ਦੀ ਮੌਤ ਆਉਂਦੀ ਹੈ ਖੇਤ ਮਿਲ ਲਿਆ ਇਹਦੀ ਜ਼ਿੰਦਗੀ ਖਤਮ ਹੋ ਗਈ ਚੌਥਾ ਪਹਿਰ ਹੈ ਜੇ ਮਨ ਨਾਲ ਸੰਬੰਧਿਤ ਕਰੀਏ ਤੇ ਜਦੋਂ ਇਹ ਵਿਕਾਰਾਂ ਵਾਲੇ ਪਾਸੇ ਤੁਰਦਾ ਇਹਦੇ ਅੰਦਰ ਗੁਨਾ ਦੀ ਖੇਤੀ ਜਿਹੜੀ ਹੈ ਘਟ ਦਿੱਤੀ ਗਈ ਹੈ ਉਸ ਕੋ ਸੰਗ ਦੇ ਪ੍ਰਭਾਵ ਨੇ ਇਹਦੇ ਅੰਦਰ ਗੁਨਾ ਦੇ ਚੰਗੇ ਜਜ਼ਬੇ ਚੰਗੀ ਸੋਚ ਖਰਲੀ ਗਈ ਹੈ ਇਸ ਤਰੀਕੇ ਨਾਲ ਇਹ ਜ਼ਿੰਦਗੀ ਤੇਰੀ ਲੰਗੀ ਹੈ ਅਗਲਾ ਫਿਰ ਜੋ ਸ਼ਬਦ ਹੈ ਉਹਦੇ ਵਿੱਚ ਵੀ ਰਾਤ ਦੇ ਚਾਰ ਪਹਿਰਾਂ ਨੂੰ ਸਾਹਮਣੇ ਰੱਖ ਕੇ ਜਿੰਦਗੀ ਦੀਆਂ ਰਮਜ਼ਾਂ ਦੱਸਿਆ ਨੇ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਗੁਰਨਾਨ ਨਾਥ ਪਾਤਸ਼ਾਹੀ ਦਾ ਇਹ ਪਾਵਨ ਸ਼ਬਦ ਹੈ ਪਹਿਲਾ ਪਹਿਰੇ ਰੈਣ ਕੈ ਬਨਜਾਰਿਆ ਮਿਤਰਾ ਬਾਲਕ ਬੁੱਧ ਅਚੇਤ ਪਹਿਲੇ ਸ਼ਬਦ ਵਿੱਚ ਮਾਤਾ ਦੇ ਗਰਭ ਨੂੰ ਪਹਿਲਾ ਪਹਿਰ ਕਿਹਾ ਸੀ ਇੱਥੇ ਬਚਪਨ ਨੂੰ ਪਹਿਲਾ ਪਹਿਰ ਕਹਿ ਦਿੱਤਾ ਹੈ ਇਹ ਗੱਲ ਯਾਦ ਰੱਖਿਓ ਗੁਰਬਾਣੀ ਅੰਦਰ ਜੋ ਦੁਨੀਆ ਤੇ ਸੀਨ ਵਾਪਰਦੇ ਨੇ ਕਿਉਂਕਿ ਧਰਤੀ ਧਰਮਸ਼ਾਲਾ ਹੈ ਇਹਦੇ ਚ ਸਿੱਖਣਾ ਜੋ ਸੀਨ ਵਾਪਰ ਰਹੇ ਨੇ ਨਾ ਉਹਨੂੰ ਸਾਹਮਣੇ ਰੱਖ ਕੇ ਤੇ ਸਾਡੇ ਸੋਚ ਤੇ ਸੁਭਾਅ ਦੀਆਂ ਰਮਜ਼ਾਂ ਸਮਝਾਈਆਂ ਜਾਂਦੀਆਂ ਨੇ ਇਹ ਗੁਰੂ ਸਾਹਿਬ ਜੀ ਦੀ ਆਪਣੀ ਸ਼ੈਲੀ ਹੈ ਸਹਿਬਣ ਜਾ ਰਹੇ ਮਿਤਰਾ ਮਨਾ ਜਿਵੇਂ ਬਾਲਕ ਦੇ ਵਿੱਚ ਬਚਪਨ ਦੇ ਵਿੱਚ ਬੁੱਧ ਅਚੇਤ ਹੁੰਦੀ ਹੈ ਉਹਨੂੰ ਪਤਾ ਨਹੀਂ ਜਿਉਂ ਜਾ ਕਲਚਰ ਮਿਲ ਗਿਆ ਉਹ ਜਿਹੀ ਇੰਸਟਾਲ ਹੋ ਜਾਣਾ ਇਸੇ ਤਰ੍ਹਾਂ ਮਨ ਦੀ ਜਿਹੜੀ ਅਵਸਥਾ ਹੈ ਜਦੋਂ ਕਿਸੇ ਪਾਸੇ ਤੁਰਿਆ ਨਹੀਂ ਰੱਬ ਵਾਲੇ ਪਾਸੇ ਤੁਰਿਆ ਨਹੀਂ ਤਦ ਵੀ ਕੂੜਕ ਸੰਗ ਵਾਲੇ ਪਾਸੇ ਤੁਰਿਆ ਨਹੀਂ ਤਦ ਵੀ ਇਹ ਅਚੇਤ ਹੈ ਇਹਨੂੰ ਕੁਝ ਨਹੀਂ ਪਤਾ ਤੁਰ ਰਿਹਾ ਹੈ ਸਟਾਰਟਿੰਗ ਹੈ ਪਹਿਲਾ ਪੈਰ ਕੀ ਰਪੀ ਹੈ ਪੈ ਲਈ ਹੈ ਬਨਜਾਰੇ ਮਿਤਰਾ ਮਾਤ ਪਿਤਾ ਸਤ ਹੀਤ ਉਹਦ ਨੂੰ ਸਰੀਰਕ ਰੂਪ ਵਿੱਚ ਜਦੋਂ ਬਚਪਨ ਵਿੱਚ ਸੀ ਤੇ ਮਾਂ ਦਾ ਦੁੱਧ ਪੀਂਦਾ ਸੀ ਮਾਤਾ ਪਿਤਾ ਦੇ ਪਿਆਰ ਵਿੱਚ ਇਹਦੀ ਸ਼ੁਰੂਆਤ ਹੋਈ ਹੈ। ਸੰਸਾਰੀ ਜੀਵਨ ਦੀ ਸ਼ੁਰੂਆਤ। ਇਹ ਮਾਨੰਦੇ ਤੌਰ ਤੇ ਲਈਏ ਤਾਂ ਇਹ ਜਦੋਂ ਕੂੜਕ ਸੰਗ ਬਲ ਜਾਂਦਾ ਉਸ ਨੂੰ ਦੁੱਧ ਸਮਝ ਕੇ ਰਾਸ ਸਮਝ ਕੇ ਚੰਗੇ ਸਮਝ ਕੇ ਰਸਾਂ ਨੂੰ ਅਪਣਾ ਲੈਂਦਾ ਹੈ। ਇਹ ਮੱਤ ਜਿਹੜੀ ਇਹਦੇ ਪਿੱਛੇ ਲੱਗਦੀ ਹੈ ਮਾਤੇ ਦੀ ਮਾਂ ਬਣਦੀ ਹੈ ਤੇ ਉਹ ਰਾਸੇ ਦੇ ਪਿਤਾ ਬਣ ਜਾਂਦੇ ਨੇ। ਉਹਦੇ ਵਿੱਚੋਂ ਆਦਤਾਂ ਇਹਦੀ ਸੰਤਾਨ ਇਸ ਤਰ੍ਹਾਂ ਇਹ ਮਨ ਵੀ ਜਿਹੜਾ ਹੈ ਇਹ ਪਹਿਲੇ ਪੈਰ ਵਿੱਚ ਝਲੋਲਾ ਕਰਦਾ ਹੈ ਤੇ ਸਰੀਰ ਵੀ ਪਹਿਲੇ ਪੈਰ ਵਿੱਚ ਝਲੋਲਾ ਕਰਦਾ ਮਾਤ ਪਿਤਾ ਸੁਤਨੇਹ ਹਨੇਰਾ ਮਾਇਆ ਮੋਹ ਸੁਬਾਈ ਉਦਰ ਮਾਤਾ ਪਿਤਾ ਪੁੱਤਰ ਪਰਿਵਾਰ ਦੀ ਖਿੱਚ ਖਿੱਚ ਮਾਇਆ ਉਦਰ ਮਨ ਦੇ ਅੰਦਰ ਜਿਹੜੀ ਖਿੱਚ ਪੈਦਾ ਹੁੰਦੀ ਹੈ ਇਹ ਮਾਇਆ ਲਪਟਿਆ ਜਾ ਰਿਹਾ ਹੈ ਸਰੇ ਹੀ ਸੰਸਾਰ ਵਿੱਚ ਖਚਤ ਹੋ ਰਿਹਾ ਹੈ ਸੰਸਾਰ ਵਿੱਚ ਮਿਕਸ ਅਪ ਹੋ ਰਿਹਾ ਹੈ ਮਨ ਪ੍ਰਸੰਗੀ ਰਸਾਂ ਵਿੱਚ ਖਿੱਚ ਦੇ ਵਿੱਚ ਮਿਕਸ ਅਪ ਹੋ ਰਿਹਾ ਹੈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਸੰਜੋਗ ਇੱਕ ਐਸੀ ਸ਼ਕਤੀ ਹੈ ਉਦਨ ਮਿਲਾਪ ਹੁੰਦਾ ਹੈ ਕੋਇਨਸੀਡੈਂਟ ਹੈ ਰੱਬ ਨੇ ਜਿਸ ਪਰਿਵਾਰ ਨਾਲ ਮਿਲਾਪ ਕਰਾਇਆ ਉਸ ਪਰਿਵਾਰ ਵਿੱਚ ਇਹਦੀ ਜ਼ਿੰਦਗੀ ਸ਼ੁਰੂ ਹੋਗੀ ਇਹਦੇ ਕਰਮ ਸ਼ੁਰੂ ਹੋਗੇ ਤੇ ਮਨ ਵੀ ਆਪਣਾ ਪਰਿਵਾਰ ਇਹਨੂੰ ਅਚਨਚੇਤ ਮਿਲਦਾ ਹੈ ਮਿੱਤਰ ਕਿਉਂ ਜੇ ਮਿਲਦੇ ਨੇ ਟੀਚਰ ਕਿਉਂ ਜੇ ਮਿਲਦੇ ਨੇ ਜ਼ਿੰਦਗੀ ਦਾ ਦਾਇਰਾ ਕਿਉਂ ਜੇ ਮਿਲਦਾ ਹੈ ਉਧਰੇ ਦਾ ਪਿਆਰ ਮੰਦ ਹੈ ਮਨ ਦਾ ਉਹਦ ਨੂੰ ਇਹ ਰਸ ਮਹਨ ਦਾ ਹੈ ਇਹਦੇ ਅੰਦਰ ਉਧਰ ਦੀ ਖਿੱਚ ਪੈਦਾ ਹੁੰਦੀ ਹੈ ਮਨ ਦੀ ਵੀ ਕਿਰਤ ਸ਼ੁਰੂ ਹੋ ਜਾਂਦੀ ਹੈ ਮਨ ਦੇ ਵੀ ਕੰਮ ਕਰਨੇ ਸ਼ੁਰੂ ਹੋ ਜਾਂਦੇ ਨੇ ਦੇਖਣਾ ਬੋਲਣਾ ਸੁਣਨਾ ਇਹਦੇ ਅੰਦਰ ਉਹਦੀ ਭਾਵਨਾ ਕਿਉਂ ਜੀ ਭਾਵਨਾ ਨਾਲ ਦੇਖਦਾ ਹੈ ਕਿਉਂ ਜੀ ਭਾਵਨਾ ਨਾਲ ਸੁਣਦਾ ਇਹ ਸਾਰਾ ਕਲਚਰ ਦਾ ਪ੍ਰਭਾਵ ਇਸ ਮਨ ਤੇ ਪੈਂਦਾ ਆ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜਾ ਹੇਤ ਦੂਜਾ ਹੇਤ ਅਸਲੀ ਮਾਰਗ ਤੋਂ ਬਿਨਾ ਸਤਿ ਦੇ ਮਾਰਗ ਤੋਂ ਬਿਨਾ ਰੱਬੀ ਮਾਰਗ ਤੋਂ ਬਿਨਾ ਗੁਰੂ ਦੇ ਮਾਰਗ ਤੋਂ ਬਿਨਾ ਇਹ ਮਤ ਡੁੱਬਦੀ ਹੈ ਆਖ ਵਾਹਿਗੁਰੂ ਇਸ ਵਿੱਚ ਡੁੱਬਦੀ ਹੈ ਆਦਤਾਂ ਦੇ ਵਿੱਚ ਮਨ ਦੀ ਭਾਵਨਾ ਡੁੱਬਦੀ ਹੈ ਆਦਤਾਂ ਵਿੱਚ ਉਹ ਆਦਤਾਂ ਵਿੱਚ ਫਸ ਜਾਂਦੀ ਹੈ ਉਹਦੇ ਤੋਂ ਮੁਕਤ ਕੇਵਲ ਰੱਬ ਦਾ ਨਾਮ ਹੀ ਹੈ ਜਿਹਨੇ ਮੁਕਤ ਕਰਾਉਣਾ ਹੈ ਗਿਆਨ ਰੂਪੀ ਨਾਮ ਗੁਰੂ ਦੇ ਉਪਦੇਸ਼ ਨੇ ਜਾਨ ਰੂਪੀ ਨਾਮ ਰਬ ਦਾ ਪੈ ਰਬ ਦੀ ਯਾਦ ਹੈ ਅੰਦਰ ਬਸ ਜਾਵੇ ਅਹ ਨਾਨਕ ਪ੍ਰਾਣੀ ਪਹਿਲਾ ਪਹਿਰੇ ਛੂਟੇਗਾ ਹਰ ਚੇਤ ਪਹਿਲਾ ਪਹਿਰੇ ਹੁਣ ਉੰਜ ਪਹਿਲਾ ਪਹਿਰੇ ਤੇ ਬਚਪਨ ਨੂੰ ਕਿਹਾ ਹੈ ਪਰ ਪਹਿਲਾ ਪੈਰ ਇਦਾਂ ਲੈਣਾ ਇਹਨੂੰ ਸ਼ਬਦ ਸੌਖਾ ਵਰਤੀ ਇਹ ਸਟਾਰਟਿੰਗ ਰਾਤ ਦੀ ਸਟਾਰਟਿੰਗ ਜ਼ਿੰਦਗੀ ਦੀ ਸਟਾਰਟਿੰਗ ਇਸ ਮੰਨ ਦੀ ਕਿਸੇ ਵੀ ਪਾਸੇ ਜਾਣ ਦੀ ਜਿਹੜੀ ਸਟਾਰਟਿੰਗ ਹੈ ਨਾ ਸ਼ੁਰੂਆਤ ਹੈ ਸ਼ੁਰੂਆਤ ਵਿੱਚ ਹੀ ਬਚ ਸਕਦਾ ਆਖੋ ਵਾਹਿਗੁਰੂ ਟੁੱਟੇਗਾ ਪਹਿਲਾ ਪਹਿਰਾ ਹੈ ਟੁੱਟੇਗਾ ਅਰਚੇਤ ਰੱਬ ਦੀ ਯਾਦ ਬਣਾ ਕੋਈ ਵੀ ਕੰਮ ਹੈ ਨਾ ਸਟਾਰਟਿੰਗ ਤੇ ਨੀਂ ਪੱਕੀ ਹੈ ਨਾ ਮਹਿਲ ਪੱਕਾ ਬਣੇਗਾ ਨੀ ਕੱਚੀ ਹੈ ਮਹਿਲ ਕੱਚਾ ਬਣੇਗਾ ਜੇ ਤੂੰ ਇੱਕ ਸਿੱਖਿਆ ਲੈਣੀ ਹੈ ਸਾਡੇ ਘਰਾਂ ਵਿੱਚ ਬੱਚੇ ਨੇ ਟੀਨੇਜਰਸ ਨੇ ਮਾਪੇ ਹੋਣੇ ਤੋਂ ਮਿਹਨਤ ਕਰ ਲੈਣਗੇ ਨਹੀਂ ਪੱਕੀ ਹੋ ਜਾਏਗੀ ਮਾਪੇ ਅਵੇਸਲੇ ਰਹਿ ਜਾਣਗੇ ਨਹੀਂ ਕੱਚੀ ਰਹਿ ਜਾਏਗੀ ਐਮਾਨਾ ਬੰਦ ਸਟਾਰਟਿੰਗ ਤੋਂ ਹੀ ਕਰਨਾ ਸ਼ੁਰੂ ਕਰੇਗਾ ਤਾਂ ਸੌਖਾ ਹੈ ਸੋਚ ਕੇ ਦੇਖੋ ਬੱਚੇ ਨੂੰ ਬਚਪਨ ਤੋਂ ਇਹ ਕਲਚਰ ਮਿਲੇ ਪੁੱਤ ਹਰ ਇੱਕ ਦੇ ਗੁਣ ਦੇਖਣੇ ਨੇ ਗੁਣਾ ਦੀ ਚਰਚਾ ਕਰਨੀ ਹੈ ਔਗਣਾ ਨੂੰ ਇਗਨੋਰ ਕਰ ਦੇਣਾ ਫਿਰ ਉਹਨੂੰ ਦੱਸਿਆ ਜਾਵੇ ਬੇਟਾ ਗੁਣਾ ਨੂੰ ਫੋਕਸ ਕਰਕੇ ਦੂਸਰੇ ਨੂੰ ਪਰਖਦਿਆਂ ਔਗਣੀ ਦੇਖਣੇ ਔਗਣਾ ਨੂੰ ਫੋਕਸ ਕਰਕੇ ਉਹਦੀ ਡਿਸਕਸ਼ਨ ਕਰਨੀ ਉਹਦੇ ਨੇ ਨਫ਼ਰਤਵਾਦੀ ਹੈ ਗੁਣਾ ਨੂੰ ਦੇਖ ਕੇ ਗੁਣਾ ਦੀ ਡਿਸਕਸ਼ਨ ਕਰਨ ਨਾਲ ਪਿਆਰਵੱਦ ਹੈ ਪਿਆਰ ਵਿੱਚੋਂ ਏਕਤਾ ਹੋਏ ਮਿਲੇਗੀ ਨਫ਼ਰਤ ਵਿੱਚੋਂ ਤੜੇਬੰਦੀਆਂ ਮਿਲਣਗੀਆਂ ਜੇ ਇਸ ਤਰ੍ਹਾਂ ਦੀ ਉਸ ਨੂੰਨ ਬਚਪਨ ਤੋਂ ਹੀ ਇਹ ਸਿੱਖਿਆ ਮਿਲੇ ਤੇ ਸਿੱਖਿਆ ਅੰਦਰ ਬੈਠ ਜਾਵੇ ਤੇ ਉਹਨਾਂ ਆਦਤਾਂ ਤੋਂ ਸੌਖਾ ਖਹਿੜਾ ਛੁੱਟ ਜਾਏਗਾ ਖਵਾਹਿਗਰ ਫਿਰ ਸਟਾਰਟਿੰਗ ਤੋਂ ਬਾਅਦ ਹੁੰਦਾ ਜਦੋਂ ਤੁਰ ਪਿਆ ਉਹ ਅਗਲਾ ਸਟੈਪ ਦੂਜੇ ਪਹਿਰੇ ਰਹਿਣ ਕੈ ਬਣ ਜਾ ਰਿਆ ਮਿੱਤਰਾ ਕਰ ਜੋ ਬਨ ਮੈਂ ਮਤ ਬਚਪਨ ਟੀਨੇਜ ਤੋਂ ਬਾਅਦ ਫਿਰ ਆਉਂਦੀ ਹੈ ਜਵਾਨੀ ਜਵਾਨੀ ਵਿੱਚ ਜਿਹੜਾ ਹੈ ਉਹ ਫਿਰ ਮਸਤ ਹੁੰਦਾ ਹੈ ਇਸੇ ਤਰ੍ਹਾਂ ਮਨ ਜਦੋਂ ਕੂੜ ਕਸੰਗ ਦੇ ਰਸਾਂ ਵਿੱਚ ਜਾਂਦਾ ਹੈ ਇਹ ਮਸਤ ਹੋ ਜਾਂਦਾ ਹੈ ਅਹਨਸ ਕਾਮ ਵਿਆਪਿਆ ਬਨਜਾਰਿਆ ਮਿੱਤਰਾ ਅੰਧ ਨੇ ਨਾਮ ਨਾ ਚਿੱਤ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਰਸ ਨੇ ਉਹਦੇ ਵਿੱਚ ਇਤਨਾ ਮਸਤ ਹੋ ਜਾਂਦਾ ਹੈ ਇਹਨੂੰ ਬੁਰਾ ਭਲਾ ਦਿਸਦਾ ਨਹੀਂ ਫਿਰ ਇਹਨੂੰ ਰੱਬ ਚੇਤੇ ਨਹੀਂ ਰੱਬ ਦਾ ਭੈ ਨਹੀਂ ਇਰਾ ਮਨ ਨਾਮ ਕਟਿਆ ਅੰਤਰ ਨਹੀਂ ਹੋਰ ਜਾਣੈ ਰਸ ਕਸ ਮਿੱਠੇ ਏ ਕੂੜਕ ਸੰਗ ਦੇ ਰਸਾਂ ਕਾ ਸਾਨੂੰ ਮਿੱਠੇ ਮੰਨੀ ਜਾਂਦਾ ਹੈ ਹਿਰਦੇ ਵਿੱਚ ਰੱਬ ਦਾ ਪੈ ਰੱਬ ਦੀ ਯਾਦ ਇਸ ਤਰ੍ਹਾਂ ਦੇ ਰਸ ਇਸ ਮਿਸ਼ਨ ਤੇ ਤੁਰਨ ਦੇ ਜਜ਼ਬੇ ਭਾਵਨਾ ਹੀ ਨਹੀਂ ਹੈ ਗਿਆਨ ਧਿਆਨ ਗੁਣ ਸੰਜਮ ਨਹੀਂ ਜਨਮ ਮਰਾਂਗੇ ਝੂਠੇ ਅੰਦਰ ਗੁਰੂ ਦਾ ਗਿਆਨ ਨਹੀਂ ਗੁਰੂ ਦੇ ਉਪਦੇਸ਼ਾਂ ਵਿੱਚੋਂ ਗਿਆਨ ਨਹੀਂ ਪ੍ਰਾਪਤ ਕੀਤਾ ਬਨਸ ਨਹੀਂ ਕੀਤਾ ਬਨ ਜਾ ਰਿਹਾ ਮਿੱਤਰਾ ਫਿਰ ਤੂੰ ਰੱਬ ਵੱਲ ਧਿਆਨ ਰੱਬ ਦੇ ਸ਼ੁਕਰਾਨੇ ਵੱਲ ਧਿਆਨ ਰੱਬ ਦੇ ਗੁਣ ਅੰਦਰ ਲਿਉਣੇ ਤੇ ਰੱਬੀ ਨਿਜ਼ਮਾ ਵਿੱਚ ਗੁਰੂ ਦੇ ਦੱਸੀ ਹੋਈ ਰਹਿਤ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਦੇ ਦਾਇਰੇ ਵਿੱਚ ਨਹੀਂ ਜਿਉਿਆ ਸੰਜਮ ਇਹ ਜੀਵਨ ਝੂਠ ਵਾਲੇ ਪਾਸੇ ਲੱਗ ਕੇ ਜਨਮ ਮਰੋਂਗੇ ਅੰਦਰ ਜਨਮ ਮਰਨ ਚੱਲਦਾ ਰਹੇਗਾ ਕੋ ਵਾਗਿਰੂ ਜਨਮ ਮਰੋਂਗੇ ਤੀਰਥ ਵਰਤ ਸੋਚ ਸੰਜਮ ਨਹੀਂ ਕਰਮ ਧਰਮ ਨਹੀਂ ਪੂਜਾ ਤੇ ਤੀਰਥ ਵਰਤ ਸੋਚ ਸੰਜਮ ਇਹ ਜਿਹੜੇ ਕਰਮ ਧਰਮ ਨੇ ਪੂਜਾ ਪਾਠ ਹੈ ਯਾਨੀ ਕੇਵਲ ਧਰਮ ਦੇ ਕਰਮ ਨੇ ਅੰਦਰੋਂ ਸੁਭਾਅ ਸੁਵਾਰਿਆ ਨਹੀਂ ਸੋਚ ਸੁਵਾਰੀ ਨਹੀਂ ਧਰਮ ਦੇ ਕਰਮ ਕੀਤੇ ਕਿੰਦੇ ਨਾਲ ਆਦਤਾਂ ਤੋਂ ਮੁਕਤੀ ਨਹੀਂ ਹੋਣੀ ਅਸਲੀ ਤੀਰਥ ਨਾ ਸਮਝਿਆ ਅਸਲੀ ਤੀਰਥ ਅੰਦਰਲਾ ਇਸ਼ਨਾਨ ਸੀ ਅਸਲੀ ਵਰਤ ਨਾ ਸਮਝਿਆ ਉਖਾਰਣ ਨੂੰ ਵਰਤ ਕਹਿੰਦੇ ਸੀ ਨਾ ਕੁਝ ਖਾਣਾ ਨਾ ਪੀਣਾ ਇਹਨੂੰ ਵਰਤ ਕਹਿੰਦੇ ਸੀ ਅਸਲੀ ਵਰਤ ਕੀ ਹੈ ਕੂੜ ਦੇ ਰਸ ਮੰਨਣੀ ਨਹੀਂ ਅਸਲੀ ਵਰਤ ਸੀ ਅਸਲੀ ਸੁਚਮ ਕੀ ਸੀ ਅੰਦਰ ਸ਼ੁੱਧ ਨੀਅਤ ਸ਼ੁੱਧ ਭਾਵਨਾ ਅਸਲੀ ਸੰਜਮ ਕੀ ਸੀ ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਅਨਸਾਰ ਜਿਉਣਾ ਤੇ ਰੱਬ ਦੀ ਯਾਦ ਵਿੱਚ ਗਿਆਨ ਰੂਪੀ ਨਾਮ ਧਿਆਨ ਰੂਪੀ ਨਾਮ ਨੂੰ ਜ਼ਿੰਦਗੀ ਦਾ ਗਹਿਣਾ ਬਣਾਉਣਾ ਇਹ ਧਰਮ ਸੀ ਇਹ ਹੀ ਅਸਲੀ ਪੂਜਾ ਸੀ ਇਹ ਨੂੰ ਸਮਝਿਆ ਨਹੀਂ ਨਾਨਕ ਭਾਏ ਭਗਤ ਨੇ ਸਤਾਰਾ ਦਵ ਵਿਦਾ ਵਿਆਪ ਹੈ ਦੂਜਾ ਤੇ ਜੇ ਪ੍ਰੇਮ ਜਾਗ ਪੈਂਦਾ ਸੱਚ ਦੇ ਮਾਰਗ ਨਾਲ ਗੁਰੂ ਦੇ ਉਪਦੇਸ਼ ਨਾਲ ਇਹ ਪ੍ਰੇਮ ਤੇਰਾ ਭਗਤੀ ਬਣਨਾ ਸੀ ਇਸ ਨੇ ਉਹਨਾਂ ਆਤਾਂ ਤੋਂ ਖੜਾ ਛਡਾਉਣਾ ਅੰਦਰ ਉਹਦੇ ਬਤਾ ਖਤਮ ਹੋ ਜਾਂਦੀ ਐ ਖ ਵਾਇਗ੍ਰਮ ਤੀਜਾ ਪਹਿਰੇ ਰਹਿਣ ਕੈ ਬਨਸਾਰਿਆ ਮਿੱਤਰਾ ਸਰ ਹੰਸ ਉਲੱਥੜੇ ਆਏ ਹੁਣ ਤੀਜਾ ਸਟੈਪ ਦੱਸ ਦਿੱਤਾ ਕਿ ਬਢੇਪਾ ਆ ਗਿਆ ਸੀ ਨੇ ਪੇਸ਼ ਕੀਤਾ ਹੈ ਬਢੇਪੇ ਵਿੱਚ ਸਰ ਹੰਸ ਸਿਰ ਦੇ ਉੱਪਰ ਹੰਸ ਭਾਵ ਚਿੱਟੇ ਢੋਲੇ ਚਿੱਟੇ ਵਾਲ ਆ ਗਏ ਸਰ ਹੰਸ ਉਲੱਥੜੇ ਆਏ ਸਰ ਤੇ ਸਰੀਰ ਤੇ ਚਿੱਟੇ ਵਾਲ ਆ ਗਏ ਬਣਨ ਕਰਨ ਵਾਲਿਆਂ ਐ ਮਨਾ ਜੋ ਬਣ ਘਟਾ ਜਰੂਆ ਜਣੇ ਬਣ ਜਾ ਰਿਹਾ ਮਿੱਤਰਾ ਆਪ ਘਟਾ ਦਿਨ ਜਾਏ ਜਦੋਂ ਬਡੇਪਾ ਆ ਜਾਂਦਾ ਨਾ ਜਬਾਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਫਿਰ ਤੁਰਿਆ ਨਹੀਂ ਜਾਂਦਾ ਇਸ ਪਾਸੇ ਇਸੇ ਤਰ੍ਹਾਂ ਮਨ ਜਿਹੜਾ ਹੈ ਜਦੋਂ ਵਿਕਾਰ ਆਉਂਦੀਆਂ ਕੂੜ ਦੀਆਂ ਆਤਾਂ ਵਿੱਚ ਪਰਪੱਕ ਹੋ ਜਾਂਦਾ ਨਾ ਫਿਰ ਇਹਨੂੰ ਧਰਮ ਵਾਲੇ ਪਾਸੇ ਤੁਰਨਾ ਬਹੁਤ ਔਖਾ ਹੁੰਦਾ ਹੈ ਅੰਤ ਕਾਲ ਪਛਤਾਸੀ ਅੰਧਲੇ ਜਾਂ ਜੰਮ ਪਕੜ ਚਲਾਇਆ ਤੇ ਅਖੀਰ ਵੇਲੇ ਸਰੀਰਿਕ ਤੌਰ ਤੇ ਜਦੋਂ ਮੌਤ ਆਉਂਦੀ ਹੈ ਉਦੋਂ ਪਛਤਾਵਾ ਹੈ ਜੋ ਕਰਨਾ ਸੀ ਉਹ ਕਰ ਨਹੀਂ ਸਕਿਆ ਇਧਰੋਂ ਮਨ ਜਦੋਂ ਇਤਨਾ ਗਲਤਾਨ ਹੋ ਜਾਂਦਾ ਇਤਨਾ ਗਲਤਾਨ ਹੋ ਜਾਂਦਾ ਇਹਨੂੰ ਇਸ ਮਾਰਗ ਤੇ ਤੁਨਾ ਔਖਾ ਹੀ ਬਹੁਤ ਹੋ ਜਾਂਦਾ ਫਿਰ ਪਛਤਾਉਂਦਾ ਹੈ ਹੁੰਦਾ ਆਤਮਿਕ ਮੋਤੇ ਮਰ ਗਿਆ ਸਭ ਕੇ ਚ ਆਪਣਾ ਕਰ ਕਰ ਰਾਖਿਆ ਖਿਨ ਮੈਂ ਭਇਆ ਪਰਾਇਆ ਜਿਹਨੂੰ ਆਪਣਾ ਕਰ ਕਰਕੇ ਸਾਰੀ ਜ਼ਿੰਦਗੀ ਲਾਤੀ ਪੈਸਾ ਪ੍ਰਾਪਰਟੀ ਬਣਾਉਣ ਤੇ ਮੌਤ ਆਉਂਦੀ ਐ ਕਿਛਨ ਚ ਪਰਾਈ ਹੋ ਜਾਂਦੀ ਐ ਇਹਦਾ ਦੂਸਰਾ ਹਿੱਸਾ ਦੂਸਰਾ ਪੱਖ ਐ ਮਨ ਸਾਰੀ ਜ਼ਿੰਦਗੀ ਪ੍ਰਾਪਰਟੀ ਪੈਸਾ ਕਮਾਉਣ ਤੇ ਲਾਤੀ ਉਹ ਜ਼ਿੰਦਗੀ ਚ ਕੋਈ ਕੰਮ ਨਹੀਂ ਆਇਆ ਘਰੇ ਕਲੇਸ਼ ਚੱਲਦਾ ਐ ਘਰ ਨਰਕ ਬਣ ਗਿਆ ਬੱਚੇ ਆ ਗਿਆ ਕਰੀ ਨਹੀਂ ਇੱਕ ਸੈਕਿੰਡ ਦੇ ਵਿੱਚ ਉਹ ਸਾਰਾ ਕੁਝ ਤੈਨੂੰ ਪਰਾਇਆ ਲੱਗਣ ਲੱਗ ਪਿਆ ਬੁੱਧ ਬੇਸਰ ਜੀ ਗਈ ਸਿਆਣਪ ਕਰ ਅਫਗਨ ਪਛਤਾਏ ਬੜੇ ਪੈਨਾ ਸੀ ਨੇ ਮਡੇ ਪੇ ਵਿੱਚ ਬੁੱਧ ਜਿਹੜੀ ਹੈ ਕਮਜ਼ੋਰ ਹੋ ਜਾਂਦੀ ਹੈ ਸਿਆਣਪ ਹੁਣ ਬਹੁਤੀ ਮਾਈਂਡ ਕੰਮ ਨਹੀਂ ਕਰਦਾ ਅਫਗਨ ਕਰ ਕਰਕੇ ਅਫਗਣਾ ਚ ਪਛਤਾਉਂਦਾ ਜੇ ਮਨ ਦੀ ਗੱਲ ਕਰੀਏ ਮਨ ਜਿੰਨਾ ਬਕਾਰਾਂ ਚ ਕੂੜ ਕਬਾੜ ਦੀਆਂ ਆਤਮਾ ਵਿੱਚ ਗਲਤਾਨ ਹੋ ਜਾਏਗਾ ਇਸ ਪਾਸੇ ਦੀ ਬੁੱਧ ਕੰਮ ਨਹੀਂ ਕਰੇਗੀ ਰੱਬ ਦੇ ਮਾਰਗ ਤੇ ਇਹਦੇ ਅੰਦਰ ਥਾਟ ਪ੍ਰੋਸੈਸਿੰਗ ਨਹੀਂ ਚੱਲੇਗਾ। ਉਦल्ली ਸਿਆਣਪ ਇਹਦੇ ਵਿੱਚ ਕੁਝ ਕੰਮ ਨਹੀਂ ਕਰੇਗੀ ਕਿਉਂਕਿ ਇਹਦੇ ਤਾਂ ਸਿਆਣ ਉਸਨੇ ਕੰਮ ਕਰਨੀ ਜਿਹੜੀ ਗੁਰੂ ਨੇ ਸਿਆਣਪ ਦੇਣੀ ਸੀ ਜਿਹਦੇ ਨਾਲ ਸੋਚ ਸੁਭਾਅ ਸੰਵਾਰਨਾ ਸੀ। ਇਸ ਲਈ ਤੇਰੀ ਜ਼ਿੰਦਗੀ ਦਾ ਤੀਸਰਾ ਸਟੈਪ ਵੀ ਪਿਆਰਿਆ ਵਿਹਰਤ ਜਾ ਰਿਹਾ ਹੈ। ਇਹਨੂੰ ਸੁਭਾਲ ਬਣਜ ਕਰ ਕੋਹ ਨਾਨਕ ਪ੍ਰਾਣੀ ਤੀਜੇ ਪਹਿਰ ਹੈ ਪ੍ਰਭ ਚੇਤ ਤੋ ਲਿਬਲਾਏ। ਵਾਹਿਗੁਰੂ ਜੀ ਦੀ ਯਾਦ ਅੰਦਰ ਤੇਰੇ ਲਿਵ ਬਣ ਜਾਵੇ ਹਰ ਵੇਲੇ ਵਾਹਿਗੁਰੂ ਜੀ ਦੀ ਯਾਦ ਉਹਦੀਆਂ ਦਾਤਾਂ ਨੂੰ ਵਰਤਦੇ ਆਂ ਦਾਤੇ ਦੀ ਯਾਦ ਬਣੇ ਆਪਣੇ ਗੁਰੂ ਦੇ ਉਪਦੇਸ਼ ਯਾਦ ਰਹਿਣ ਤੇ ਤੇਰੀ ਜ਼ਿੰਦਗੀ ਦਾ ਤੇਰੇ ਮਨ ਦਾ ਤੀਸਰਾ ਸਟੈਪ ਸਫਲ ਹੋ ਸਕਦਾ ਹੈ ਸਤਿਗੁਰੂ ਕਿਰਪਾ ਕਰਨ ਜਿੰਨੀ ਕ ਸਮਝ ਆਵੇ ਉਹਨਾਂ ਜ਼ਿੰਦਗੀ ਚ ਜਿਉਣ ਦਾ ਜਜ਼ਬਾ ਜਾ ਕੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ